महाशिवरात्रि के उपलक्ष्य में सर्व मानव विकास सेवा संघ के दुआबा जोन प्रधान सौरभ सोंधी और जिला जालंधर प्रधान परमवीर सिंह मनी और पूरी टीम की तरफ से वीर लवकुश चौक जालंधर में लंगर सेवा की गई। तो वहीं इस सेवा में बहुत से अतिथियों ने भाग लिया, जिनमें ऑल इंडियन चेयरमैन अनिल मित्तल, पंजाब प्रधान अनिल सोंधी, अमित गिल, साहिल गिल, रोहित भट्टी, सोनू छाबड़ा, संजीव गुप्ता, सैम सहोता, लाडी मठारू, लक्की खैरा और उनके अन्य साथी भी मौजूद रहे। आज तो कुछ समय पहला सर्व मानव विकास सेवा संघ असी लुधियाने तो शुरू की थी। ਇਹਦਾ ਚਿੱਤਾ ਇਹੀ ਸੀਗਾ ਕਿ ਅਸੀਂ ਸਮਾਜ ਨੂੰ, ਜਿਹੜਾ ਸਮਾਜ ਵਿਖਰਿਆ ਹੋਇਆ, ਯੂਥ ਵਿਖਰਿਆ ਹੋਇਆ, ਉਹਨੂੰ ਇਕੱਠਾ ਕਰੀਏ, ਨਸ਼ੇ ਤੋਂ ਦੂਰ ਰੱਖੀਏ, ਪਰਿਆਵਰਨ ਦੀ ਸੰਭਾਲ ਕਰੀਏ, ਆਪਾਂ ਹਰ ਕ੍ਰਾਂਤੀ ਵੱਲ ਧਿਆਨ ਦਈਏ, ਐਜੂਕੇਸ਼ਨ ਜਿਹੜਾ ਬਹੁਤ ਹੀ ਸਾਡੇ ਵਾਲਮੀਕਿ ਸਮਾਜ ਵਿੱਚ ਬੱਚੇ ਐਜੂਕੇਸ਼ਨ ਵੱਲ ਨਹੀਂ ਜਾ ਰਹੇ, ਉਹਨਾਂ ਨੂੰ ਐਜੂਕੇਸ਼ਨ ਵੱਲ ਲੈ ਕੇ ਜਾਈਏ। ਸਰਵ ਮਾਨਵ ਵਿਕਾਸ ਸੇਵਾ ਸੰਘ ਦੇ ਸਾਡੇ ਜਲੰਧਰ ਦੇ ਪ੍ਰਧਾਨ ਪਰਮਵੀਰ ਸਿੰਘ, ਦੁਆਬਾ ਪ੍ਰਧਾਨ ਸੌਰਭ ਸੋਂਧੀ ਦੀ ਅਗਵਾਈ ਹੇਠ ਅਨੇਕੋ ਧਾਰਮਿਕ ਕਾਰਜ ਚੱਲਦੇ ਰਹਿੰਦੇ ਨੇ। ਉਹਨਾਂ ਵਿੱਚੋਂ ਇੱਕ ਕਾਰਜ ਹੈ ਆ ਭੋਲੇਨਾਥ ਦਾ ਲੰਗਰ ਲੱਗਿਆ ਹੋਇਆ ਹੈ ਜੀ। ਜੈ ਭਾਰਤ ਸਾਰੇ ਸ਼ਹਿਰ ਵਾਸੀਆਂ ਨੂੰ। ਅੱਜ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਸਾਡੀ ਸਭਾ ਵੱਲੋਂ ਸਰਵ ਮਾਨਵ ਵਿਕਾਸ ਸੇਵਾ ਸੰਘ ਤੋਂ ਲੰਗਰ ਲਗਾਇਆ ਗਿਆ। ਸੋ ਮੈਂ ਸਾਰੇ ਆਪਣੀ ਸਭਾ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜੈ ਵਾਲਮੀਕੀ, ਹਰਨ ਵਾਲਮੀਕੀ ਸਾਹਿਬ ਨੂੰ ਜੈ ਭੀਮ, ਜੈ ਭਾਰਤ। ਅੱਜ ਸੌਰਵ ਸੋਂਧੀ ਜੀ ਤੁਹਾਡੇ ਵੀਰ, ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਵਾ ਸ਼ਹਿਰ ਦੇ ਵਿੱਚ, ਜਿਹੜਾ ਕਿ ਭੋਲੇਨਾਥ ਜੀ ਦਾ ਲੰਗਰ ਲਾਇਆ ਵਾ। ਅਸੀਂ ਚਾਹੁੰਦੇ ਹਾਂ ਕਿ ਇਹ ਹਰ ਸਾਲ ਲਈ ਭੋਲੇਨਾਥ ਜੀ ਦੇ ਨਾਂ 'ਤੇ ਵਧੀਆ ਕਰਦੇ ਰਹੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਮੈਂ ਸਾਹਿਲ ਗਿੱਲ, ਡਾਕਟਰ ਬੀ ਆਰ ਅੰਬੇਦਕਰ ਮੋਰੇ ਕਮੇਟੀ ਤੋਂ ਪੰਜਾਬ ਪ੍ਰਧਾਨ, ਅਤੇ ਮੇਰੇ ਨਾਲ ਵੀਰ ਸੌਰਵ ਜੋ ਕਿ ਸਰਵ ਮਾਨਵ ਵਿਕਾਸ ਸੰਘ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਨੇ। ਅੱਜ ਇਹਨਾਂ ਵੱਲੋਂ ਜੋ ਸ਼ਿਵਰਾਤਰੀ ਦੇ ਉਪਲਕਸ਼ 'ਚ ਭਵਿਆ ਲੰਗਰ ਲਵਾਇਆ ਗਿਆ ਵਾ, ਅਤੇ ਇਹਨਾਂ ਦਾ ਬਹੁਤ ਸ਼ਲਾਘਾਯੋਗ ਕਦਮ ਆ।